ਤਾਂ ਹੁਣ ਅਸਾਂ ਲਗੇ ਨੇ ਚੜਾਈ ਚਾਚੇ ਹੋਰਾਂ ਦੇ ਪਿੱਛੇ ਲੂਣਾ ਸਾਂਡੀ ਜਾਣਾ ਲੂਣਾ ਸਾਂਡੀ ਆ ਕੋਈ ਦੇਸੀ ਮੌਲ ਚਾਚੇ ਹੋਰਾਂ ਨੇ ਖਚਣਾ ਘੋੜੇ ਜਾਈਦੇ ਮੈਂ ਆਣਾ ਜੀ ਮੈਡਮ ਦੋਸਤੋ ਫਾਈਨਲੀ ਅੱਲਾ ਅੱਲਾ ਕਰੀ ਨਾ ਤਾਂ ਅਸਾਂ ਆਏ ਗਏ ਜੀ ਜਿੱਥੋਂ ਪਾਰ ਅਸਾਂ ਜੀ ਜੰਗਲਾਂ ਵਿੱਚ ਸ਼ਾਦੀ ਦਾ ਘਰ ਨਜ਼ਰ ਆਈ ਆ ਅਸੀਂ ਇਹ ਵੇਖੋ ਅਸਾਂ ਜੰਗਲ ਮੈਂ ਮੰਗਲ ਆ ਸੁਹਾਮੀ ਆ ਤੇ ਸੈਲਫੀਆਂ ਕਿੰਨੀ ਆ ਤੇ ਬਾਕੀ ਆਵਾਮ ਜਿਹੜੀ ਹੈ ਜੀ ਉਹ ਇੰਤਜ਼ਾਰ ਕਰੀ ਰਹੀ ਆ ਬੈਠੀ ਜੀ ਉਹ ਮੁੰਡਾ ਜਿਹੜਾ ਕੰਗਰਾ ਦਾ ਬਣਾਉਣਾ ਵੀ ਫੈਮਿਲੀ ਨਾਲ ਬੁਮਾਨ ਆ ਰਿਹਾ ਰਾਸ਼ਦ ਸ਼ਬੀਰ ਜੀ ਮਾਰੇ ਦੋਸਤੋ ਅਸਲਾਮ ਵਾਲੀਕੁਮ ਜੀ ਕਰਨਾ ਸਾਈਟ ਠਾਕ ਸੋ ਖੁਸ਼ ਬਾਸ਼ ਸੋ ਤਾਲਾ ਨੀ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਦ ਸ਼ਬੀਰ ਸਦਕ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸਾਡੀ ਖਿਦਮਤ ਫਿਰ ਅੱਜ ਅੱਜ ਕੇ ਨਵੇਂ ਵੀਡੀਓ ਦੇ ਇੰਤਜ਼ਾਰ ਦਾ ਇਸ ਵਾਰ ਮੈਂ ਆਈ ਚੁੱਕਿਆ ਜੀ ਸਵੇਰ ਦੇ ਟਾਈਮ ਬਾਅਦ ਤਾਂ ਮੌਸਮ ਸਦਕ ਮੌਸਮ ਜਿਹੜਾ ਹੈ ਜੀ ਉਹ ਤਾਂ ਕਾਫੀ ਸੋਹਣਾ ਔਰ ਸੁਹਾਨਾ ਆ ਤਾਂ ਕਾਫੀ ਟਾਈਮ ਸੁਬਾਹ ਜੀ ਅੱਜ ਸਟਾਰਟ ਅਸਾਂ ਕਿੰਦਾ ਜੀ ਉਸ ਵਾਰ ਟਾਈਮ ਕਿੰਦਾ ਤਾਂ ਬਾਕੀ ਅਸਾਂ ਤੱਕ ਸਵੇਰ ਜੀ ਗੱਡੀ ਛੱਡੀ ਵੀ ਆਈ ਗਈ ਆ ਤਾਂ ਗੱਡੀ ਕਿਵੇਂ ਆਈ ਆ ਹੁਣ ਜ਼ਰਾ ਗੱਡੀ ਬੈਸਾਂ ਤਾਂ ਉਹ ਬੰਦਾ ਬਸ ਆਏ ਕਿ ਅੱਜ ਅਸਾਂ ਕੁਦ ਦੇ ਗਏ ਕਿਉਂਕਿ ਉਸ ਬੰਦੇ ਸੁਲਾ ਸੁਲਾ ਸਿੰਘ ਅੱਜ ਬਾਹਰ ਕੱਢਿਆ ਆ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕਹਦਾ ਜੀ ਠੀਕ ਹੋ ਠੀਕ ਠਾਕ ਆਪਣਾ ਸੁਣਾਓ ਦੁਆ ਕਰੀਆ ਕਰੋ ਅੱਜ ਸੁਲਾ ਸੁਲਾ ਕੁਦ ਜੋਲਿਆ ਨੇ ਸੰਗੀ ਅੱਜ ਸੁਲਾ ਸੁਲਾ ਮੈਂ ਅਸੀਂ ਛੁੱਟੀ ਹੈ ਸਕੂਲ ਤੋਂ ਸਿਰ ਫੇਰਾ ਥੋੜਾ ਜੇ ਕਿਹੜੇ ਲਾ ਕੇ ਫੇਰਾਂਗੇ ਵੇ ਅੱਜ ਸੁਣ ਨਵੇਂ ਲਾ ਕੇ ਜਿਸਾਂ ਸੇ ਸਾਰੀ ਜ਼ਿੰਦਗੀ ਸਲਾਪੇ ਨਾ ਗਏ ਸੀ ਕਿਹੜੇ ਲਾ ਕੇ ਬਸ ਨਾਲ ਨਾਲ ਜੁੜੇ ਰਹੋ ਤਾਂ ਨਾਲ ਨਾਲ ਜੁੜੇ ਰਹੋ ਨਾਲ ਨਾਲ ਜੁੜੇ ਰਹੋ ਬਸ ਤਾਂ ਬਾਕੀ ਅਸਾਂ ਜਾ ਰਹੇ ਹਾਂ ਜੀ ਸਿਆਹ ਰੋਡਾ ਵਰ ਤਾਂ ਤੱਕ ਸਿਆਹ ਰੋਡਾ ਅਸਾਂ ਜਾਣੇ ਕੁਥੇ ਆ ਲੋ ਜੀ ਇਸ ਵੇਲੇ ਅਸਾਂ ਆਏ ਗਏ ਹਾਂ ਜੀ ਲਸੇ ਬਾਜ਼ਾਰਾਂ ਵਿੱਚ ਸਿਆਹ ਰੋਡਾ ਜੀ ਅਸਾਂ ਸਿਆਹ ਕਰਾਂ ਜੀ ਪਰ ਇਸ ਵੇਲੇ ਅਸਾਂ ਲਸੇ ਬਾਜ਼ਾਰੀ ਪਹੁੰਚੇ ਹਾਂ ਮਾਸ਼ਾਅੱਲਾ ਸਾਡਾ ਕੋਈ ਲਸੇ ਬਾਜ਼ਾਰ ਨਾਲ ਜੋ ਸੁਬਾਹ ਨੇ ਤੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਆ ਫਾਈਨਲੀ ਅਸਾਂ ਇਸ ਵੇਲੇ ਪਹੁੰਚੇ ਹਾਂ ਜੀ ਪੋਠੇ ਗ੍ਰਾਂ ਵਿੱਚ ਇਸੀ ਸਭ ਪੋਠਾ ਬੰਗਸ਼ਾ ਬਹੁਤ ਹੈ ਜ਼ਿਆਦਾ ਬਿਹਤਰ ਸੀ ਪੋਠਾ ਸ਼ੇਰ ਨਹੀਂ ਹੈ ਬਾਕੀ ਜਿਨਾ ਅਸੀਂ ਆਉਂਦਾ ਨਾ ਜੀ ਉਹ ਪਾਪੇ ਹੋਰ ਆਏ ਖੈਰ ਸੀ ਇੱਕ ਉਧਰ ਆਉਂਦਾ ਅੱਜ ਪੋਠੇ ਗ੍ਰਾਂ ਵਿੱਚ ਅਸਾਂ ਦੇ ਪੋਠਾ ਫੇਰੀ ਨਾ ਕਿ ਦਾੜੀ ਬਲਚਰਾ ਲਗਾ ਸੀ ਤੇ ਮਾਇਰ ਬਲਚਰਾ ਕੱਢਨੇ ਅੱਛਾ ਤੇ ਅਸਾਂ ਬਲਚਰਾ ਕਢਾਈ ਤਾਂ ਬਲਚਰਾ ਦੱਸਣ ਇੱਕ ਮਿੰਟ ਆ ਦੇ ਜੀ ਮੀਨ ਕਿ ਬਾਲਟੇ ਪੈਣੇ ਬਾਲਟੇ ਪੈਣੇ ਬਿਲਕੁਲ ਤਾਂ ਮੀ ਕਿ ਇੱਕ ਵਾਰੀ ਬਲਚਰਾ ਲਗਾ ਸੀ ਮੈਂ ਵੀ ਸਾ ਲਾਕੇ ਚ ਆਇਆ ਸਾਂ ਮਾਇਰ ਕੋਲ ਬਲਚਰਾ ਕਢਾਉਣਾ ਸੀ ਤਾਂ ਮਾਰ ਉਸ ਦਾ ਬਲਚਰਾ ਨਿਕਲ ਗਿਆ ਸੀ ਤਾਂ ਬਾਕੀ ਆ ਵੀ ਉਸ ਤੋਂ ਤੱਕ ਹੁਣ ਪੋਠੇ ਗ੍ਰਾਂ ਇੱਥੇ ਜਿਹੀਆਂ ਯਾਦਾਂ ਆਈਆਂ ਨੇ ਸਾਰੀਆਂ ਆਲਮੋਸਟ ਪੁਰਾਣੀਆਂ ਕਿਉਂਕਿ ਘਰ ਹੀ ਬੰਦ ਹੋਏ ਤਾਂ ਨਵੀਆਂ ਕੁਨ ਕਰਸੀ ਆ ਨਵੀਆਂ ਕਰਨੇ ਵਾਲੇ ਬੈਠੇ ਹੋਏ ਬਾਹਰ ਦੋਸਤੋ ਫਾਈਨਲੀ ਅਸਾਂ ਪੋਠੇ ਸੋ ਨਿਕਲੀ ਜਾਂਦਾ ਹੈ ਜਿਸ ਵੇਲੇ ਆਈ ਗਿਆ ਜੀ ਜ਼ਮਾਨ ਚੌਕ ਨੇ ਏਰੀਏ ਵਿੱਚ ਹੁਣ ਜਿਹੜੇ ਪੈਟਰੋਲ ਪੰਪ ਹੈ ਪੈਟਰੋਲ ਪਵਾਉਣੇ ਵਾਸਤੇ ਤਾਂ ਬਾਕੀ ਜ਼ਮਾਨ ਚੌਕ ਨਹੀਂ ਅਸਾਂ ਸੁਰਤਾਲ ਤੱਕ ਸੁਬਾਹ ਨੇ ਟਾਈਮ ਨਹੀਂ ਹਾਂਜੀ ਭਾਵਾ ਜੀ ਹੁਣ ਕਿਥਾਣੀ ਤਿਆਰੀ ਆ ਹੁਣ ਜਨਾਬ ਅੱਗੇ ਲੂਣਾ ਸਾਂਡੀ ਲੂਣਾ ਸਾਂਡੀ ਲੂਣ ਲੱਭਣਾ ਉੱਥੋਂ ਲੂਣ ਲੱਭਣਾ ਉੱਥੋਂ ਕਿਹੜੇ ਇਲਾਕੇ ਚ ਹੈ ਇਹ ਡੇਰੀ ਕਾਸਮ ਦੀ ਗੱਲ ਖਾਸ ਤੇ ਹੈ ਸੀ ਉਧਰ ਉਸਾ ਭਾਈ ਨੇ ਸਾਡੀ ਹੈ ਤੇ ਸ਼ਾਦੀ ਜਾਣਾ ਅੱਜ ਅਸਾਂ ਬੜੇ ਦੂਰ ਜਾਣਾ ਜੀ ਲੰਮਾ ਸਫ਼ਰ ਹੈ ਖਤਰਨਾਕ ਰਸਤੇ ਤੇ ਬਾਕੀ ਸਫ਼ਰ ਸੋ ਰਸਤੇ ਨਾਲ ਚੱਕ ਰਸਿਆ ਇਸ ਵੇਲੇ ਆਈ ਗਿਆ ਜੀ ਸੰਡਲ ਬਾਜ਼ਾਰ ਵਿੱਚ ਮਾਸ਼ਾਅੱਲਾ ਸੋ ਤੱਕ ਸੰਡਲ ਬਾਜ਼ਾਰਾਂ ਦੀਆਂ ਰੌਣਕਾਂ ਮੈਂ ਤਾਂ ਹਾਂ ਡਿਡਿਆਲ ਸੋ ਰਸ਼ ਇੱਥੇ ਜ਼ਿਆਦਾ ਆ ਐਸਾ ਤੱਕ ਚਾਚਾ ਚਾਚਾ ਔਰ ਦੇ ਰਹੇ ਫਰੂਟ ਵਾਲਾ ਕਿ ਨਹੀਂ ਦੇ ਕਰ ਰਿਹਾ ਸਰ ਜ਼ਹਿਰ ਕਹਾ ਜਸਨ ਹੈ ਫਰੂਟ ਖਾਸਨ ਹੈ ਸਿਹਤ ਨਾਸਨ ਹੈ ਤੇ ਗੋਸ਼ ਇਤਨਾ ਮਹਿੰਗਾ ਹੈ ਬੰਦਾ ਫਿਰ ਕਹਿ ਕਰਾ ਫਿਰ ਸਬਜ਼ੀ ਵੀ ਬੰਦਾ ਗੁਜ਼ਾਰਾ ਕਰਸੀ ਯਾਰ ਜੀ ਮਾਰੇ ਦੱਸੋ ਫਾਈਨਲੀ ਸੰਡਲ ਬਾਜ਼ਾਰ ਸੋ ਸਾਨੂੰ ਨਿਕਲੀ ਨਾ ਤਾਂ ਆਈ ਗਏ ਹਾਂ ਜੀ ਕਠਾਰ ਬਾਜ਼ਾਰ ਹੈ ਵਿੱਚ ਇਹ ਉਸ ਚੌਕ ਹੈ ਆਵਾਮ ਵਿੱਚ ਉਹ ਜੇਰੀ ਆ ਜੀ ਆਰਾਮ ਸਕੂਨ ਹੈ ਕਿਉਂਕਿ ਆਵਾਮ ਰਾਰ ਪਾਰ ਹੋ ਸੀ ਜ਼ਿਆਦਾ ਕੋਈ ਬੰਦਾ ਅੱਗੇ ਅੱਛੀ ਸਕਣਾ ਗੱਡੀ ਨੇ ਨੀਚੇ ਬਾਜ਼ਾਰ ਛੋਟਾ ਸਾ ਹੈ ਪਰ ਖੂਬਸੂਰਤ ਬਾਜ਼ਾਰ ਮਾਸ਼ਾਅੱਲਾ ਮਾਸ਼ਾਅੱਲਾ ਆਵਾਮ ਵਿੱਚ ਆ ਰਹੀ ਆ ਸ਼ਾਪਿੰਗ ਕਰਨ ਵਾਸਤੇ ਬਾਕੀ ਲੋਕ ਜਿਹੜੇ ਆ ਜੀ ਦੇਸੀ ਮਾਹੌਲ ਵਾਲੇ ਉਹ ਤਾਂ ਧੁੱਪ ਸੇਕੀ ਰਹੇ ਸਨ ਬਾਕੀ ਆਪਾਂ ਪੁਰਾਣੀ ਹਵਾ ਖਤਮ ਹੋਈ ਸੀ ਹੈ ਉਹ ਹਵਾ ਉਸ ਉੱਪਰ ਆਈ ਰਹੇ ਤਾਂ ਅਸਾਂ ਇੱਥੋਂ ਨਿਕਲ ਸਾਂ ਕਿਉਂਕਿ ਅਸਾਂ ਜਾਣਾ ਜੀ ਡੇਰੀ ਕਾਸਮ ਤਾਂ ਉਸ ਵਾਸਤੇ ਅਸੀਂ ਜਾਣਾ ਪੈ ਸੀ ਹੈ ਉਹ ਇਸ ਰੋਡਾ ਪਰ ਅੱਗੇ ਜਾਣਾ ਪੈ ਸੀ ਤਾਂ ਫਿਰ ਅਸਾਂ ਜਿਹੜਾ ਆਇਆ ਜੀ ਡੇਰੀ ਕਾਸਮ ਪਹੁੰਚੀ ਜਾ ਸਕਦਾ ਇਹ ਪਾਰ ਕਾਲਜ ਹੈ ਜੀ ਤਾਂ ਕਾਜਾ ਨਾ ਜੀ ਗੌਰਮੈਂਟ ਬੋਆਇਜ਼ ਸਾਇੰਸ ਕਾਲਜ ਕਠਾਰ ਦਿਲਾਵਰ ਖਾਨ ਮਾਸ਼ਾਅੱਲਾ ਤਾਂ ਬਾਜ਼ਾਰ ਤੱਕ ਹੀ ਤਾਂ ਪਤਾ ਹੀ ਆ ਲੈਣਾ ਕਿ ਬਾਜ਼ਾਰ ਹੈ ਜੀ ਬਹੁਤ ਹੀ ਪੁਰਾਣਾ ਆ ਸੋ ਕਠਾਰ ਸੋ ਨਿਕਲੀ ਤਾਂ ਅਸਾਂ ਡੇਰੀ ਕਾਸਮ ਸੋ ਅਸਾਂ ਨਿਕਲੀ ਨਾ ਤਾਂ ਅੱਗੇ ਆਏ ਹਾਂ ਤਾਂ ਜਾਣਾ ਅਸਾਂ ਅਸੀਂ ਆਇਆ ਲੂਣਾ ਸਾਂਡੀ ਲੂਣਾ ਸਾਂਡੀ ਅਸਾਂ ਜਾਣਾ ਅਸੀਂ ਰਸਤਾ ਇਤਨਾ ਖਰਾਬ ਪੈਣਾ ਵੇਖੀ ਕਰੋ ਜੀ ਰਸਤਾ ਕਿਆ ਗਿਆ ਨਾ ਇੱਥੇ ਗੱਡੀ ਚੱਲਣੀ ਆ ਨਾ ਮੋਟਰਸਾਈਕਲ ਚੱਲਣਾ ਨਾ ਹੀ ਬੰਦਾ ਇੱਥੇ ਚੱਲ ਸਕਦਾ ਇਤਨਾ ਖਰਾਬ ਰਸਤਾ ਉਹ ਪਾਪਾ ਵੀ ਆ ਜਿਹੜਾ ਮੋਟਰਸਾਈਕਲ ਹੈ ਪਰ ਮੈਂ ਇਤਨਾ ਖਰਾਬ ਰਸਤਾ ਖਾਧਾ ਪਿੱਤਾ ਜਿਹੜਾ ਹੋਣਾ ਉਹ ਵੈਸੇ ਬਾਹਰ ਹੈ ਜਾਣਾ ਮਾਂ ਤਾਂ ਵੈਸੇ ਵੀ ਥੋੜ੍ਹਾ ਜਿਹਾ ਨਿਕਲੀ ਗਿਆ ਤਾਂ ਬਾਕੀ ਹੁਣ ਅੱਗੇ ਤੁਸੀਂ ਤੱਕ ਹਾਲਾਤ ਕਿਆ ਹੋਣੇ ਹੁਣ ਥੋੜ੍ਹਾ ਮੈਂ ਠੀਕ ਹੋਇਆ ਸਾਂ ਤਾਂ ਟਾਈਮ ਹੀ ਲਗਾ ਕਿ ਥੋੜ੍ਹੀ ਵੀਡੀਓ ਸ਼ੀਡੀਓ ਆਇਆ ਜੀ ਉਹ ਮਨਾ ਹੀ ਕਿੰਨਾ ਆ ਤਾਂ
ਪਿੱਛਾ ਜਿਹਾ ਰਸਤਾ ਆਇਆ ਸੀ ਨਾ ਕਠਾਲ ਸੁੱਕੀ ਨਹੀਂ ਤਾਂ ਫਿਰ ਗਿਆ ਡੇਰੀ ਕਾਸਮ ਸੀ ਡੇਰੀ ਕਾਸਮ ਸੁੱਕੀ ਨਹੀਂ ਇੱਥੇ ਤੱਕ ਉਹ ਤਾਂ ਮਾੜੀ ਸਿਹਤ ਖਰਾਬ ਰਹੀ ਹੈ ਤਾਂ ਫਿਰ ਫੋਨ ਕਰਨ ਨਹੀਂ ਹੋਸ਼ ਨਹੀਂ ਰਹੀ ਹੈ ਤਾਂ ਹੁਣ ਅਸਾਂ ਲੱਗੇ ਨੇ ਚੜਾਈ ਚਾਚੇ ਹੋਣਾ ਨੇ ਪਿੱਛੇ ਚਾਚਾ ਹੋਣਾ ਪੈਦਲ ਜਾਈ ਰਹੇ ਤਾਂ ਅਸਾਂ ਗੱਡੀ ਪਰ ਜਾਈ ਰਹੇ ਹਾਂ ਤਾਂ ਇੱਥੇ ਇਹ ਹਾਲਾਤ ਨੇ ਕਿ ਬੰਦਾ ਜੇ ਜਾਣਾ ਜੀ ਮੋਟਰਸਾਈਕਲ ਹੈ ਪਰ ਉਹ ਵੀ ਬੰਦਾ ਇੱਕ ਲਾਉਣਾ ਪੈਣਾ ਤਾਂ ਫਿਰ ਅਗਲਾ ਜਾਣਾ ਆ ਕੀ ਆ ਗੱਲ ਚਾਚਾ ਲੂਣਾ ਸਾਂਡੀ ਜਾਣਾ ਲੂਣਾ ਸਾਂਡੀ ਲੂਣਾ ਸਾਂਡੀ ਆ ਇਹ ਆ ਸ਼ਾਦੀ ਆ ਕੋਈ ਬੜੇ ਔਖੇ ਪਹੁੰਚੇ ਆ ਇਹ ਦੱਸ ਪਾਪਾ ਹੋਰ ਆਏ ਸੰਗੀ ਕਿੰਨੇ ਹੋ ਸਸਲਾਮ ਵਾਲੇ ਕਹਿ ਦਾ ਜੀ ਠੀਕ ਹੋ ਸਰ ਠੀਕ ਹੈ ਕਿਆ ਨਾਮ ਹੈ ਪਾਪਾ ਇਹਨਾਂ ਸਮੀਰ ਤਾਂ ਬਾਕੀ ਸਾਡੇ ਨਾਲ ਚਾਚਾ ਵੀ ਮੌਜੂਦ ਹੈ ਅਸਲਾਮ ਵਾਲੇਕੁਮ ਚਾਚਾ ਕਹਿ ਦਾ ਠੀਕ ਹੋ ਕਿਵੇਂ ਜਾਈ ਰਹੇ ਹੋ ਸਾਨੂੰ ਤੱਕ ਜੀ ਦੇਸੀ ਮੌਲ ਚਾਚੇ ਹੋਣੀ ਖਿੱਚਣਾ ਘੋੜੇ ਜਾਈ ਰਹੇ ਮੈਂ ਮਾਸ਼ਾਅੱਲਾ ਮੈਂ ਪੂਰੀ ਨਸਲ ਜਾਈ ਰਹੀ ਹੈ ਘੋੜਿਆਂ ਨੂੰ ਚਾਚੇ ਨਾਲ ਇੱਕ ਪੌੜੀ ਵੀ ਹੈ ਸਰਦਾਰਨੀ ਤਾਂ ਬਾਕੀ ਜਿਹੜੇ ਹੈ ਜੀ ਉਸਨੇ ਪਿੱਛਾ ਜਾਈ ਰਹੇ ਆ ਵਾਹ ਨਸੋ ਨਸ ਜਾਈ ਰਹੀ ਹੈ ਵਾਲਕਮ ਸਲਾਮ ਜੀ ਕਿਆ ਹਾਲ ਠੀਕ ਹੋ ਸਰ ਠੀਕ ਹੈ ਸ਼ਾਦੀ ਪਰ ਸਭ ਪਿੱਛੇ ਹੈ ਹਾਂ ਪਾਪਿਓ ਬੜੇ ਦੂਰੋਂ ਆਏ ਅਸਾਂ ਨਹੀਂ ਬਹਿ ਕੇ ਕੋਟਲੀ ਆ ਲੂਣਾ ਸਾਂਡੀ ਆ ਅਸਾਂ ਜੀ ਸਮਝ ਡੇਰੀ ਕਾਸਮ ਹੀ ਹੈ ਮੁਸ਼ਕਲ ਨਹੀਂ ਆਏ ਅਸਲਾਮ ਵਾਲੇਕੁਮ ਕਿਆ ਜੀ ਠੀਕ ਹੋ ਸਰ ਠੀਕ ਹੋ ਅੱਲਾ ਸ਼ੁਕਰ ਮੈਚ ਨਹੀਂ ਲਾਇਵ ਮੈਂ ਤਾਂ ਕਰਨਾ ਸ਼ਾਹ ਸਾਗਰ ਕਰਨਾ ਠੀਕ ਤਾਂ ਬਾਕੀ ਹੁਣ ਬਹਿਣੇ ਜੀ ਗੱਡੀ ਸਾਂ ਲਾਹ ਦੱਸੋ ਸਾਰੇ ਅੱਛਾ ਜੀ ਫਿਰ ਪਿਓ ਗੱਡੀ ਵਿੱਚ ਬਾਕੀ ਉਹਨੇ ਗੱਡੀ ਛੱਡੀ ਨਹੀਂ ਖਿੜਕੀ ਖੋਲ੍ਹਦੇ ਆ ਤਾਂ ਅੰਦਰ ਬਹਿਣੇ ਆ ਤਾਂ ਬਾਕੀ ਅਗਰ ਵਿਊ ਸਾਂ ਚੈੱਕ ਕਰੋ ਮਾਸ਼ਾਅੱਲਾ ਵਿਊ ਜਿਹੜਾ ਜੀ ਉਹ ਤਾਂ ਬਹੁਤ ਹੀ ਖੂਬਸੂਰਤ ਨੈਚੁਰਲ ਬਿਊਟੀ ਇਹ ਚੀਰਾਂ ਸ਼ੀਰਾਂ ਸਨੱਥੇ ਮੈਂ ਇੱਥੇ ਧੰਮਣ ਛੰਮਣ ਵੀ ਲੱਭਸਣ ਹੈ ਸਾਰੀ ਚੀਜ਼ ਇੱਥੇ ਲੱਭਸੀ ਆ ਮੈਂ ਉਹ ਵਿਊ ਸਾਂ ਅਗਰ ਤੱਕਾਂ ਤਾਂ ਉਹ ਤਾਂ ਵਿਊ ਸਾਂ ਤੱਕ ਸੋਣਾ ਤਾਂ ਦਿਲ ਖੁਸ਼ ਹੋ ਜਾ ਸੀ ਸਾਂ ਅਗਰ ਮੰਝਾਂ ਗਈਆਂ ਸਾਂ ਰੱਖੀਆਂ ਨਾ ਤਾਂ ਫਿਰ ਇਸ ਇਲਾਕੇ ਆਏ ਜਦੋਂ ਮੰਝਾਂ ਗਈਆਂ ਜਿਹੜੀਆਂ ਆਏ ਜੀ ਉਸ ਤਰ੍ਹਾਂ ਬਿਜ਼ਨਸ ਜਿਹੜਾ ਆਇਆ ਜੀ ਸਾਂ ਕਾਮਯਾਬ ਰਹੀ ਹੈ ਲਓ ਜੀ ਇਸ ਵੇਲੇ ਅਸਾਂ ਆਈ ਗਏ ਹਾਂ ਜੀ ਸੋਰੀ ਗਲੀ ਵਿੱਚ ਸੋਹਣੇ ਸੋਹਣੇ ਮੋੜ ਹੈ ਗੱਡੀ ਜਿਹੜੀ ਟਨ ਕਿੰਨੀ ਨਾ ਜੀ ਉਹ ਤਾਂ ਮੁਸ਼ਕਲ ਵਾਲੀ ਕਿੰਨੀ ਹੈ ਤਾਂ ਬਾਕੀ ਇੱਥੇ ਸਨੱਥਾ ਚੀਰਾਂ ਅਤੇ ਬੋੜੀਆਂ ਦੀਆਂ ਵਾਫਰ ਮਿਕਦਾਰ ਇੱਥੇ ਮੌਜੂਦ ਹੈ ਜੀ ਮੈਂ ਜਨਵਾਣਾ ਇੱਥੇ ਜਿਹੜੀ ਆਏ ਜੀ ਉਹ ਤਾਂ ਮੋਜ ਜਣੀ ਅਸੀਂ ਆਏ ਸਾਂ ਤੱਕ ਹੋਰ ਕੀ ਘਰ ਤੱਕ ਉਹਨੂੰ ਦਿਸਣਾ ਬਾਕੀ ਸਨੱਥਾ ਹੀ ਹੈ ਉਹ ਵੈਸਾ ਤੱਕ ਹੈ ਤਾਂ ਸਰਦੀ ਤਾਂ ਕਾਫੀ ਹੋਣੀ ਅਸੀਂ ਹੈ ਤਾਂ ਫਿਰ ਯਾਦ ਕਰਨਾ ਅਸੀਂ ਆ ਬੰਦਾ ਰਿਕਸ਼ਾ ਨਹੀਂ ਖਲ ਨਹੀਂ ਹੈ ਉਹ ਲਏ ਜਿੰਨਾ ਤਾਂ ਠੀਕ ਰਹੇ ਸੀ ਹੈ ਅਸਾਂ ਨੇ ਸਭ ਮੋਟਰਸਾਈਕਲਾਂ ਵੇਚ ਸਾਂ ਪਰ ਮੋਟਰਸਾਈਕਲਾਂ ਫਿਰ ਨਹੀਂ ਅੱਛਣ ਹੋਇਆ ਸਾਨੂੰ ਫਿਰ ਅਸਾਂ ਗੱਡੀ ਬੜੀ ਆਏ ਹਾਂ ਪਰ ਮੋਟਰਸਾਈਕਲਾਂ ਵਿੱਚ ਸਾਨੂੰ ਸਵਾਦ ਚੰਗਾ ਅੱਛਾ ਹੁਣ ਅੱਗੇ ਨਾ ਰਾਤ ਸਾਂ ਤੱਕ ਕਿਨੋ ਜੀ ਕਿਆ ਹਾਲ ਹੈ ਇੱਥੇ ਪਰ ਮਾਸ਼ਾਅੱਲਾ ਇੱਥੇ ਆਈ ਨਾ ਜੀ ਅੱਛਾ ਲੱਗਾ ਦਿਲ ਹੀ ਆ ਕਰਨਾ ਦਿਹਾੜੀ 10 ਚੱਕਰ ਲਾਉਂ ਇੱਥੇ ਇੱਕ ਵੀ ਨਹੀਂ 10 ਜੀ ਮੈਂ ਦੱਸੋ ਫਾਈਨਲੀ ਅੱਲਾ ਅੱਲਾ ਕਰੀ ਨਾ ਤਾਂ ਅਸਾਂ ਆਏ ਗਏ ਜੀ ਜਿੱਥੇ ਅਸਾਂ ਅੱਛਣਾ ਸੀ ਹੈ ਸ਼ਾਦੀ ਵਾਲੇ ਘਰ ਉਹ ਪਾ ਅਸਾਂ ਜੀ ਜੰਗਲਾਂ ਵਿੱਚ ਸ਼ਾਦੀ ਵਾਲਾ ਘਰ ਨਜ਼ਰ ਆਈ ਆ ਅਸੀਂ ਜੀ ਸ਼ਾਦੀ ਖਾਣੇ ਨਾ ਬਾਕੀ ਗੱਡੀ ਛੱਡੀ ਹੁਣ ਝੱਲੀ ਰਹੀ ਆ ਨੀਚੇ ਕਹਿ ਲਾ ਜੀ ਪਾਪੇ ਠੀਕ ਹੋ ਇਹ ਵੇਖੋ ਹੁਣ ਮੈਂ ਪਤਾ ਇਸ ਤਰ੍ਹਾਂ ਚੱਲੀ ਰਿਹਾ ਕਿ ਅਸਾਂ ਸ਼ਹਿਰਾਂ ਵਿੱਚ ਆਈ ਗਏ ਹਾਂ ਜੀ ਮਾੜੇ ਦੋਸਤੋ ਫਾਈਨਲੀ ਅਸਾਂ ਇਸ ਵੇਲੇ ਪੁੱਛੀ ਹਾਂ ਜੀ ਸ਼ਾਦੀ ਵਾਲੇ ਘਰ ਇਹ ਤਾਂ ਪਾਪਾ ਹੋਰ ਅਸਲਾਮ ਵਾਲੇਕੁਮ ਕਹਿ ਲਾ ਜੀ ਠੀਕ ਹੋ ਕਹਿੰਦਾ ਆ ਮੁਹੰਮਦ ਉਸਮਾਨ ਦੁਲਹੇ ਮੇਂ ਪਰਾਏ ਹੋਇਆ ਜੀ ਨਹੀਂ ਨਹੀਂ ਕਜ਼ਨ ਹਾਂ ਜੀ ਬਾਕੀ ਮੁਬਾਰਕਾਂ ਹੋਣ ਸਾਂ ਜੀ ਸਫ਼ਰ ਬੜਾ ਦੂਰ ਸੀ ਹੈ ਅਸਾਂ ਹੀ ਅਸਾਂ ਜਿਹੜੇ ਡੇਰੀ ਕਾਸਮ ਹੈ ਡੇਰੀ ਕਾਸਮ ਸੁੱਕ ਗਿਆ ਘੰਟਾ ਲਈ ਕੇ ਘੰਟਾ ਫਿਰ ਡੇਰੀ ਕਾਸਮ ਨੇ 15 ਮਿੰਟ ਜੀ ਰੋਟੀ ਜ਼ਰ ਅਸਾਂ ਰੋਜ਼ ਅਚਣੇ ਹੋ ਨਾ ਅਸਾਂ ਉਸ ਮੁਸ਼ਕਲ ਹੀ ਸੀ ਹੈ ਜੀ ਬਿਲਕੁਲ ਜ਼ਰ ਜੀ ਸੋਂ ਦਿਲ ਨੂੰ ਸਫ਼ਰ ਬਾਕੀ ਹੁਣ ਸ਼ਾਦੀ ਲਈ ਕਾਰ ਕੁਛ ਨਹੀਂ ਸੋਂ ਨੂੰ ਚੈੱਕ ਕਰ ਅਸਾਂ ਅਸਾਂ ਕਸ਼ਮੀਰੀ ਸ਼ਾਦੀ ਮਾਸ਼ਾਅੱਲਾ ਸੋਂ ਸੋਣਾ ਸ਼ਾਦੀ ਦਾ ਮੋਲ ਰੂਹਾਨੀਆਂ ਅਤੇ ਸੈਲਫੀਆਂ ਕਿੰਨੀਆਂ ਅਤੇ ਬਾਕੀ ਆਵਾਮ ਜਿਹੜੀ ਹੈ ਉਹ ਇੰਤਜ਼ਾਰ ਕਰੀ ਰਹੀ ਹੈ ਬੈਠੀ ਜੀ ਮਾਸ਼ਾਅੱਲਾ ਮਾਸ਼ਾਅੱਲਾ ਸ਼ੁਕਰੀਆ ਕਹਿਣਾ
ਯੂਪੀ ਆ ਨਾ ਤੇ ਇੱਕ ਮਿਹਰਬਾਨੀ ਕਰਿਆ ਉਹ ਮੁੰਡਾ ਜਿਹੜਾ ਕੰਗਰਾ ਦਾ ਬਣਾਣਾ ਵੀ ਫੈਮਿਲੀ ਨਾ ਬੁਮਾਨ ਲਿਆ ਅਸਾਂ ਉਧਰ ਗਏ ਨਾ ਚਾਚਾ ਡਾਇਰੈਕਟ ਅਸਾਂ ਇਧਰ ਆਏ ਆ ਅੱਛੀਆਂ ਫੈਮਿਲੀਆਂ ਬਣਾਉ ਰਹਾ ਇਹ ਬਣਾਉ ਸੋ ਵੀਡੀਓ ਬਣਾਇਆ ਤਾਂ ਕਿਉਂ ਹੋ ਸਕਦਾ ਕਿ ਬਹੁਤ ਬਹੁਤ ਅੱਛੀਆਂ ਬਣਾਈ ਆ ਤੁਹਾਡੇ ਫੈਮਿਲੀ ਦਾ ਸ਼ੋਈ ਨਾ ਬਹੁਤ ਅੱਛੀ ਲੇਕਿਨ ਕਈ ਵਾਰੀ ਅੱਜ ਪੇਜ ਨਹੀਂ ਪਤਾ ਵੀ ਨਾ ਕੰਮ ਖਲਾਫ ਹੋਣਾ ਪਿਆ ਆ ਸਟਾਰਟ ਹੋਣਾ ਹੈ ਮੁਸ਼ਕਲ ਬਾਕੀ ਫਿਰ ਗਿਆ ਰੱਬ ਨਹੀਂ ਜਾਣਾ ਮਾਸ਼ਾਅੱਲਾ ਤੁਹਾਡੇ ਬੜਾ ਅੱਛਾ ਬੜਾ ਬਹੁਤ ਸ਼ੁਕਰੀਆ ਜਜ਼ਾਕਅੱਲਾ ਪੋਜ਼ਿਟਿਵ ਹੋਣਾ ਹੈ ਤੁਹਾਡੀ ਵੀਡੀਓ ਜਿੰਨੀ ਮੈਂ ਦੇਖਣਾ ਬਗੈ ਦੀ ਨਾ ਦੇਖਣਾ ਠੀਕ ਬਹੁਤ ਸ਼ੁਕਰੀਆ ਬਸ ਤਕਣੇ ਵਾਲੇ ਨਾਲ ਸਪੋਰਟ ਚਾਹੀਦੀ ਹੈ ਨਾ ਨਾ ਕਿਉਂ ਨਹੀਂ ਠੀਕ ਜੀ ਨਹੀਂ ਚਾਚਾ ਕਿੰਨੀ ਦਿੱਤੀ ਨੇ ਸਲਾਮੀ ਨਹੀਂ ਨਹੀਂ ਕੋਈ ਲੋੜ ਕਿਸੇ ਨਹੀਂ ਮੀਂਹ ਕੀ ਦੱਸੋ ਨਾ ਫਿਰ ਜ਼ਰਾ ਨਹੀਂ ਨਹੀਂ ਚਾਚਾ ਹੁਣ ਇਹ ਕੰਮ ਜਿਹੜੇ ਹੋਣੇ ਨੇ ਸ਼ੋਨੀਆਂ ਕਰੀਆਂ ਮਾਸ਼ਾ ਅੱਲਾਹ ਤੁਹਾਮੀਆਂ ਸਲਾਮੀ ਦਿੱਤੀ ਬਾਕੀ ਹੁਣ ਪਾਪਾ ਵਾਲੀ ਦੇਣਗੇ ਜੀ ਸਲਾਮੀ ਬੜੇ ਦੂਰੋਂ ਆਏ ਹੋ ਚਾਚਾ ਅੱਛਾ ਛੋਈ ਤਾਂ ਗੇਠੇ ਹੋ ਇਲਾਕਾ ਕਾਫੀ ਅਸਾਂ ਇੰਤਜ਼ਾਰ ਕੀਤਾ ਸੀ ਖਾਣੇ ਛਾਣੇ ਨਾਲ ਕਿ ਅਸਾਂ ਕਿ ਹੁਣ ਟਾਈਮ ਲੱਗ ਜਾ ਖਾਣਾ ਛਾਣ ਖਾਈ ਜਾਣਾ ਬਾਕੀ ਹੁਣ ਅਸਾਂ ਅੱਗੇ ਜਾਈ ਰਹੇ ਹਾਂ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਬਾਕੀ ਯਾਦ ਅਸਾਂ ਜੀ ਕੁਰਸੀ ਵਾਲਾ ਨਜ਼ਰ ਅੱਛੀ ਹੈ ਟੇਬਲ ਨਜ਼ਰ ਅੱਛਾ ਜੀ ਖਾਲੀ ਇੱਥੇ ਹੀ ਦੇਣੇ ਇੰਜੋਏ ਕਰਨਾ ਮਾਸ਼ਾ ਅੱਲਾਹ ਅਸਲਾਮ ਵਾਲੇਕੁਮ ਜੀ ਪਾਪੀ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਟੇਬਲਾਂ ਸ਼ੇਬਾਂ ਲਈ ਗਏ ਹਾਂ ਮੌਕਾ ਸ਼ੌਕਾ ਅਸੀਂ ਲਵਾਇਆ ਕੁਰਸੀ ਲੰਬੀ ਗਈ ਟੇਮ ਅਤੇ ਬਾਕੀ ਹੁਣ ਖਾਣਾ ਛਾਣਾ ਬਸ ਜੀ ਪਲੇਟਾਂ ਹੀ ਖਾਸਾਂ ਇੰਜੋਏ ਕਰਸਾਂ ਕਿਹੜੇ ਇਲਾਕੇ ਜੀ ਇਹ ਗਵਾਂਢੀ ਹੈ ਮਨੋਂ ਜੀ ਕਿਹੜੇ ਗਵਾਂਢੀ ਗਰਮੀ ਲੱਗਣੀ ਹੈ ਜਵਾਨੀ ਹੈ ਪਾਣੀ ਪੀਣ ਗਏ ਪਾਣੀ ਪੀ ਰਹੀ ਪੇਟ ਭਰੀ ਖਾਸੋ ਗਿਆ ਫਿਰ ਮਾੜਾ ਸਾਹਿਬ ਪਾਣੀ ਪਿਓ ਜਿਸ ਪਾਣੀ ਦੀ ਜ਼ਰੂਰਤ ਸੀ ਉਸ ਲਈ ਦਿੱਤਾ ਕੌਂਸਲਾਂ ਦਾ ਉਸ ਵੇਲੇ ਸਰ ਪੋਟਾਂ ਤੇ ਮੈਂ ਠੀਕ ਹੈ ਜੀ ਬਾਕੀ ਅਸਾਂ ਤਾਂ ਭਾਪੇ ਨੂੰ ਪਲੇਟ ਵਗੈਰਾ ਰੱਖੀ ਹੈ ਵੀ ਆਈ ਪੀ ਅਤੇ ਖਾਣਾ ਜਿਹੜਾ ਹੈ ਜੀ ਉਹ ਵੀ ਆਈ ਪੀ ਹੈ ਬਾਕੀ ਹੁਣ ਪਾਪਾ ਨੇ ਵੀ ਤੋਂ ਬਸ ਮਾੜੀ ਮਰਜ਼ੀ ਹੈ ਬਿਰਿਆਨੀ ਸੀ ਸ਼ੁਰੂਆਤ ਕੀਤੀ ਜਾਏ ਬਾਕੀ ਗੋਸ਼ ਜਿਹੜਾ ਸੀ ਜੀ ਉਹ ਤਾਂ ਬਿਜ਼ੀ ਸੀ ਹੈ ਅਸਾਂ ਹੁਣ ਚਲੋ ਬਿਰਿਆਨੀ ਹੀ ਖਾਈ ਕਹਿੰਦੇ ਹਾਂ ਬਿਰਿਆਨੀ ਵੀ ਨਾ ਸਹੀ ਪੈਸ ਕੀਤੀ ਆ ਜੇ ਅਸੀਂ ਤਾਂ ਦੱਬਣਾ ਪੈਣਾ ਰੋਟੀ ਲੱਭਣੀ ਵੀ ਕਹਿੰਦੀ ਜ਼ਿਆਦਾ ਅਸਾਂ ਦੁਆ ਨਜ਼ਰ ਚਾਹੁੰਦੇ ਪਾਪਾ ਕਿਆ ਸੀ ਆਉਣਾ ਹੁਣ ਸਬਜ਼ੀ ਚਲੋ ਜੀ ਲੂਣਾ ਸਾਂਡੀ ਨੂੰ ਬਿਰਿਆਨੀ ਖਾਣੇ ਉਹ ਕੈਸੀ ਹੋਣੀ ਹੈ ਮਾਸ਼ਾ ਅੱਛਾ ਬਣਦਾ ਅਤੇ ਬਾਕੀ ਕੋਈ ਸਵਾਦ ਜ਼ਾਇਕਾ ਮਿੱਠੇ ਚਾਵਲਾਂ ਵਾਲਾ ਵੀ ਆਇਆ ਮਿਕਸ ਚਾਵਲ ਵੀ ਲੱਗੇ ਜੇ ਨਾਲ ਤਾਂ ਸਲਾਦ ਬਾਕੀ ਅਸਾਂ ਜਿਹੜਾ ਖਾਣਾ ਖਾਈ ਰਹੇ ਹਾਂ ਜੀ ਉਹ ਕੱਲਿਆਂ ਹੁਣ ਖਾਈ ਰਹੇ ਹਾਂ ਪੂਰੀ ਆਵਾਮ ਨਾਲ ਖਾਈ ਰਹੇ ਹਾਂ ਸਵਾਦ ਬਣਿਆ ਸਾ ਆਵਾਮ ਇਲਾਕਾ ਖਾਣਾ ਸ਼ਾਣਾ ਖਾਈ ਰਹੀ ਆ ਇੰਜੋਏ ਕਰੀ ਰਿਹਾ ਟੇਬਲ ਜਿਹੜੇ ਆ ਜੀ ਉਹ ਸਾਰੇ ਪੀਲੇ ਬਾਕੀ ਆ ਪਾਪਾ ਕੱਲ੍ਹ ਅਤੇ ਆਵਾਮ ਦੀ ਖਿਦਮਤ ਖੜੀ ਰਹੀ ਜੀ ਮਾਸ਼ਾ ਅੱਲਾ ਮਾਸ਼ਾ ਅੱਲਾ ਬਾਕੀ ਚਾਵਲ ਸ਼ਾਵਲ ਤਾਂ ਅਸਾਂ ਖਾਧੇ ਹੁਣ ਸਾਡੀ ਮਰਜ਼ੀ ਆ ਗੋਸ਼ਤ ਵਗੈਰਾ ਖਾਣਾ ਇਹ ਗੋਸ਼ਤ ਕਿਸ ਨਾ ਬੱਕਰੇ ਨਾ ਕੱਟੇ ਨਾ ਦਾਂਦਾ ਨਾ ਪੋਰਨ ਦੱਸੀ ਨਾ ਨਸਲ ਨਾ ਨਹੀਂ ਗਿਆ ਬਗੈਰ ਸਿੰਘਾਂ ਤੋਂ ਅਸੀਂ ਆ ਜੀ ਇਸਦਾ ਮਤਲਬ ਹੈ ਪੋਰਨ ਹੋ ਸੀ ਆ ਨਸਲ ਨਹੀਂ ਗਿਆ ਜ਼ਿਆਦਾ ਬਾਕੀ ਉਹਦਾ ਪਾਲਕ ਵਗੈਰਾ ਵੀ ਆਇਆ ਤਾਂ ਸਾਡੀ ਮਰਜ਼ੀ ਆ ਗੋਸ਼ਤ ਵਗੈਰਾ ਖਾਣ ਗੋਸ਼ਤ ਜਾਂ ਦਿਸਣਾ ਪੈਣਾ ਜੀ ਸੇਟਾ ਆਪਣਾ ਦਿਸਣਾ ਪਿਆ ਸਵਾਦ ਅਸੀਂ ਆ ਖਾਣਾ ਤਾਕਤਵਰ ਸੀ ਅੱਜ ਜੀ ਮਾੜੇ ਦੋਸਤੋ ਫਾਈਨਲੀ ਰੋਟੀ ਛੋਟੀ ਖਾਧੀ ਆ ਜੀ ਤਾਂ ਰੋਟੀ ਖਾਈ ਰਹੋ ਤਾਂ ਤੁਸੀਂ ਪਤਾ ਜੇ ਸੀ ਹੋਣੀ ਆ ਜੀ ਉਹ ਐਂਡ ਜਾਣਾ ਟੇਬਲ ਵਗੈਰਾ ਤਾਂ ਸਾਨੂੰ ਤੱਕ ਸੋਇਆ ਖਾਲੀ ਹੋਈ ਗਿਆ ਤਾਂ ਹੁਣ ਅਸਾਂ ਜੇ ਰਹੇ ਹਾਂ ਜੀ ਅੱਗੇ ਗੱਡੀ ਵਾਲੀ ਸਾਈਡ ਜਿੱਥੇ ਸਾਡੀ ਗੱਡੀ ਖਲਤੀ ਵੀ ਆ ਗੱਡੀ ਬਸ ਆਪਣੇ ਇਲਾਕੇ 'ਚ ਪਹੁੰਚ ਜਾਂਦੀ ਗੱਡੀ ਜਿਹੜੀ ਖਲਤੀ ਵੀ ਨਾ ਜੀ ਉਹ ਅੱਧਾ ਖਲਤੀ ਆ ਅਸੀਂ ਲੈ ਕੇ ਵਗੈਰਾ ਖੋਲ੍ਹਦੇ ਹਾਂ ਖਾਣਾ ਸ਼ਾਣਾ ਖਾਈ ਰਿਹਾ ਸਫ਼ਰ ਲੰਮਾ ਜਾਣਾ ਦੂਰ ਆ ਫਾਈਨਲ ਗੱਡੀ ਛੱਡੀ ਬਹਿ ਗਏ ਜੀ ਤਾਂ ਹੁਣ ਅਸਾਂ ਨਿਕਲਣ ਦੇ ਗਿਆ ਕਿਉਂਕਿ ਰਸਤੇ ਖਲਤੇ ਦੇ ਮੋਟਰਸਾਈਕਲ ਸਾਈਡ ਪਰਸਨ ਤਾਂ ਫਿਰ ਅਸਾਂ ਅੱਗੇ ਪਿੱਛੇ ਜਾ ਸਕਦੇ ਹਾਂ ਤਾਂ ਮਾਸ਼ਾ ਅੱਲਾਹ ਇਲਾਕਾ ਜਿਹੜਾ ਅਸੀਂ ਉਹ ਤਾਂ ਇੰਤਹਾਈ ਖੂਬਸੂਰਤ ਸੀ ਫੁੱਲ ਦੇਸੀ ਮਾਹੌਲ ਸੀ ਆ ਦੇਸੀ ਮਾਹੌਲ ਨਾਲ ਜਿਹੜੀਆਂ ਇਹ ਜਿਹੀਆਂ ਰੋਡਾਂ ਸਨ ਅਤੇ ਇਹਨਾਂ ਨੂੰ ਖਾਧਾ ਪੀਤਾ ਤਾਂ ਵੈਸੇ ਜਾਂ ਸੀ ਹੈ ਮੁਸ਼ਕਲ ਰਸਤੇ ਅਸਾਂ ਇਸ ਵਜ੍ਹਾ ਸੁਆਹੀ ਅਸਾਂ ਤੱਕ ਇਹੋ ਜਿਹੇ ਰਸਤੇ ਨੇ ਤਾਂ ਅੱਗੇ ਜਿਹੜੀ ਆ ਰਹੀ ਆਵਾਮ ਸਾਹ ਖਿਲਾਉਣੀ ਪੈਣੀ ਆ ਗੱਡੀ ਛੱਡੀ ਮੋਟਰਸਾਈਕਲ ਖਿਲਾਉਣਾ ਪੈਣਾ ਤਾਂ ਫਿਰ ਜੇ ਨਿਕਲਣੀ ਹੈ ਜੀ ਮਾੜੇ ਦੋਸਤੋ ਫਾਈਨਲੀ ਅਸਾਂ ਲੂਣਾ ਸਾਂਡੀ ਸੂ ਆਈ ਰਹਾਂ ਤਾਂ ਉਹਨੂੰ ਕਿ ਆਸ ਉਮੀਦ ਦਿਸੀ ਹੈ ਕਿ ਅਸਾਂ ਡਿਡਿਆਲ ਏਰੀਏ 'ਚ ਆਈ ਗਏ ਹਾਂ ਇੱਥੇ ਅਸਾਂ ਵਿਊ ਤੱਕ ਹੋਇਆ ਮਾਸ਼ਾ ਅੱਲਾਹ ਵਿਊ ਜਿਹੜਾ ਹੈ ਜੀ ਉਹ ਤਾਂ ਬਹੁਤ ਹੀ ਖੂਬਸੂਰਤ ਹੈ ਪਰ ਸਫ਼ਰ ਜਿਹੜਾ ਸੀ ਜੀ ਉਹ ਤਾਂ ਇੰਤਹਾਈ ਖਤਰਨਾਕ ਸੀ ਹੈ ਰੋਡਾਂ ਸਾਂ ਤੱਕ ਰੋਡਾਂ ਜਿਹੜੀਆਂ ਆਇਆ ਸੀ ਉਹ ਤਾਂ ਬਹੁਤ ਹੀ ਖਰਾਬ ਸਨ ਇੱਧਰ ਸਾਂ ਵਿਊ ਤੱਕ ਇੱਧਰ ਤਾਂ ਤੁੱਕ ਹੀ ਹੈ ਪਰ ਇੱਧਰਾਂ ਵਿਊ ਸਾਂ ਤੱਕ ਮਾਸ਼ਾ ਅੱਲਾਹ ਬਹੁਤ ਹੀ ਖੂਬਸੂਰਤ ਵਿਊ ਮਾਰੇ ਹਲੇ ਇਹ ਆ ਜਿਹੜਾ ਆਇਆ ਸੀ ਜੀ ਬਾਰਡਰ ਸੀ ਪਹਾੜ ਮਾਰੇ ਦੇ ਕੋਟਲੀ ਤੋਂ ਰਾਹ ਡਿਡਿਆਲ ਅੰਦਰ ਪੂਰਾ ਲੈ ਗਿਆ ਗੱਡੀ ਸਮੇਤ
ਮੈਂ ਨਾ ਬੰਦਾ ਇੱਥੇ ਅੱਛਾ ਹੈ ਅਤੇ ਨਾ ਹੀ ਕੋਈ ਜੈ ਅਤੇ ਜਿਸ ਅੱਛਾ ਨਾ ਤਾਂ ਉਸੀ ਆਖਿਆ ਪਾਪਾ ਮੀ ਜਜ਼ਬ ਕਿ ਨਹੀਂ ਜੋ ਪਰ ਗੱਡੀ ਮੋਟਰਸਾਈਕਲ ਮੈਂ ਕੌਣ ਜਾਣਾ ਤਾਂ ਬਾਕੀ ਆ ਵੇਖੋ ਅੱਜ ਸੋਚ ਰਹੀ ਹਾਂ ਕਿਸੇ ਥਾਂ ਹੁਣ ਟਨ ਕਿੰਨੀ ਰਹੀ ਹਾਂ ਪਹਿਲਾਂ ਗੇਅਰ ਪਿਆ ਵਾ ਗੱਡੀ ਨਾ ਅਤੇ ਗੱਡੀ ਵਾਲਾ ਹੀ ਰੋਣੀ ਪਈ ਹਾਂ ਕਰਨੀ ਪਿਆ ਸਾਨੂੰ ਤਾਂ ਗੇਅਰ ਲਗਾ ਪਹਿਲਾਂ ਇਹ ਵੇਖੋ ਆ ਤੁਸੀਂ ਇੱਥੇ ਇੱਥੇ ਇਹੀ ਆ ਜੀ ਜਿੱਪਾਂ ਆਈ ਰਹੀਆਂ ਨਾ ਤਾਂ ਇਹ ਵੀ ਮੈਂ ਬਾਸ਼ੀ ਕਰ ਜਾਂਦੇ ਸਾਨੂੰ ਤਾਂ ਕੋਈ ਆਪਣੇ ਖਿਲਾਈ ਕਹਿੰਦੀ ਆ ਗੱਡੀ ਰਾਰੂ ਪਾਰੂ ਵੱਜਣੀ ਪਈ ਰਾਰੂ ਪਾਰੂ ਵੱਜਣੀ ਪਈ ਹੈ ਤਾਂ ਅੱਜ ਨੇ ਵੀਡੀਓ ਸਾਡਾ ਕੀ ਜੀ ਲੂਣਾ ਸੰਡੇ ਅਸਾਂ ਗਏ ਸਾਂ ਇਹ ਜਿਹਾ ਇਲਾਕਾ ਐਸੇ ਜੀ ਇਹ ਤਾਂ ਸੈਂਸਾ ਕੋਟਲੀ ਨਾ ਸੀ ਆ ਤਾਂ ਅਸਾਂ ਇਹ ਸਮਝੀ ਤਾਂ ਗਏ ਸਾਂ ਕਿ ਇਹ ਡਿਡਿਆਲ ਨਾਲ ਇਲਾਕਾ ਆ ਕਿਉਂਕਿ ਅਸਾਂ ਹੀ ਬਹਿ ਗਿਆ ਸੀ ਕਿ ਡੇਰੀ ਕਾਸਮ ਸੋ ਅੱਗੇ ਵੀ ਪੰਜ ਕੁ ਮਿੰਟ ਲੱਗਣੇ ਤਾਂ ਪੰਜਾਂ ਮਿੰਟਾਂ ਵਿੱਚ ਉਸ ਤਕਰੀਬਨ ਪੰਜਾਹ ਮਿੰਟ ਸਮੇਂ ਸਿਫਰ ਅਸਾਂ ਕੌਣ ਕੌਣ ਕੀਤੀ ਹੈ ਇਹ ਗੱਲ ਹੈ ਤਾਂ ਸਿਫਰ ਕੌਂਟ ਹੋਣੀ ਸੀ ਪੂਰਾ ਘੰਟਾ ਹੀ ਸੀ ਹੈ ਚਲੋ ਇਹ ਕਿ ਅੰਦਰ ਜਿਹੜਾ ਹੈ ਜੀ ਉਹ ਸਹੀ ਫਿੱਟ ਹੋਈ ਗਿਆ ਥੋੜ੍ਹੀ ਜਿਹੀ ਉਲਟੀ ਹੋਈ ਸੀ ਹੈ ਤਾਂ ਅੰਦਰ ਜਿਹੜਾ ਸਹੀ ਮਜ਼ਬੂਤ ਹੋਈ ਗਿਆ ਮਾੜੇ ਲਈ ਨੈਕਸਟ ਟਾਈਮ ਅਗਰ ਮੈਂ ਇੱਧਰ ਅੱਛਾ ਹੋਣਾ ਇੱਕ ਦੋ ਦਿਹਾੜੀ ਛੋੜੀ ਤਾਂ ਫਿਰ ਮੈਂ ਉਲਟੀ ਜਿਹੜੀ ਆ ਜੋ ਮੱਲੂ ਬੰਦ ਹੋ ਜਾਂਦੀ ਸੀ ਹੈ ਤਾਂ ਬਾਕੀ ਜਿਹੜੀ ਸ਼ਾਦੀ ਅਸਾਂ ਖਾਧੀ ਮਾਸ਼ਾਅੱਲਾ ਅੱਛਾ ਖਾਣਾ ਸੀ ਸ਼ਾਦੀ ਜਿਹੜੀ ਆਈ ਸੀ ਫੁੱਲ ਦੇਸੀ ਮਾਹੌਲ ਸੀ ਹੈ ਜੰਗਲਾਂ ਵਿੱਚ ਸ਼ਾਦੀ ਸੀ ਹੈ ਤਾਂ ਬਾਕੀ ਚਾਚਾ ਉੱਥੇ ਇੱਕ ਮਿਲਿਆ ਸਨ ਚਾਚਾ ਔਰ ਆਹ ਪੁੱਤਰ ਬਾਕੀ ਸਾਰਾ ਕੁਝ ਕਰੀ ਕਹਿੰਦੇ ਆ ਫੈਮਿਲੀ ਨੇ ਵੀਡੀਓ ਨਾ ਬਣਾਇਆ ਹੈ ਮੈਂ ਚਾਚਾ ਸਾਹਿਬ ਫੈਮਿਲੀ ਤੋਂ ਦੂਰ ਨਸ ਰਿਹਾ ਫੈਮਿਲੀਆਂ ਨੇ ਕੋਲ ਹੀ ਨਾ ਜਾਣੇ ਤਾਂ ਬਾਕੀ ਅੱਜ ਵੀਡੀਓ ਸੌਂ ਕੀਤੀ ਅਸੀਂ ਜੀ ਇੰਜੋਏ ਸੌਂ ਕਿ ਨਹੀਂ ਜਾਜ਼ਿਸ ਦੁਆਰੇ ਸਾਡੀ ਖਿਦਮਤ ਦੀ ਸਹਿਤ ਅਸਾਂ ਨਹੀਂ ਵੀਡੀਓ ਕਿੰਨਾ ਹਾਜ਼ਰ ਹੋ ਰਹੇ ਸਾਂ ਤਬ ਤੱਕ ਦੇਸੋ ਇਜਾਜ਼ਤ ਥੀ ਮਾਨ ਅੱਲਾ